ਤੁਹਾਡੀ ਪੋਤੀ ਦੇ ਵਿਆਹ 'ਚ ਕੱਟ ਕਿੰਨਾ ਸੀ ਸੱਚ ਸੱਚ ਕਰਕੇ ਮੀਡੀਆ ਮੂਹਰੇ ਦੱਸ ਦਿਓ, ਅਸੀਂ ਤੁਹਾਨੂੰ ਮੰਨ ਲਾਂਗੇ। ਠੀਕ ਆ, ਤੁਸੀਂ ਆਪ ਨਹੀਂ ਜਦੋਂ ਗਾਈਡਲਾਈਨਸ ਫੋਲੋ ਕਰਦੇ ਜਨਾਬ, ਅਸੀਂ ਕਿਵੇਂ ਫੋਲੋ ਕਰਾਂਗੇ? ਅਸੀਂ ਨਹੀਂ ਤੁਹਾਡੀ ਗੱਲ ਮੰਨਦੇ, ਨਾ ਤਾਂ ਅਸੀਂ ਮਾਸਕ ਪਾਇਆ ਨਾ ਪਾਈਏ, ਹੁਣ ਅਸੀਂ ਸਰਕਾਰਾਂ ਦੇ ਤਖਤ ਪਲਟਾ ਕੇ ਅਸੀਂ ਆਪ ਬੈਠਾਂਗੇ, ਅਸੀਂ ਇਹ ਸਰਕਾਰਾਂ ਦੇ ਸਿਰ ਤੇ ਨਹੀਂ ਰਹਿੰਦੇ। ਆ ਮਹੀਨਾ ਪਹਿਲਾਂ ਵੋਟਾਂ ਸੀ ਉਦੋਂ ਕਰੋਨਾ ਨਹੀਂ ਸੀਗਾ, ਹੁਣ ਇਹਨਾਂ ਨੂੰ ਪੈਸਿਆਂ ਦੀ ਲੋੜ ਪੈ ਗਈ, ਹੁਣ ਸਾਨੂੰ ਲੁੱਟੀ ਜਾਂਦੇ ਆ। 2000 ਰੁਪਇਆ ਕੱਢੋ, ਜਿਹੜਾ ਮੋਟਰਸਾਈਕਲ ਜਾਂਦਾ ਜਿਹੜਾ ਤੁਰਿਆ ਜਾਂਦਾ ਉਹਨੂੰ ਕਰੋਨਾ ਨਹੀਂ ਹੈਗਾ, ਉਹਦਾ ਚਲਾਣ ਵੀ ਕੱਟੋ। ਸਾਡੇ ਤੋਂ ਇਹ 43% ਟੈਕਸ ਲੈਂਦੀ ਹੈ, ਉਹ ਤੋਂ 3 ਰੁਪਏ ਦਾ ਮਾਸਕ ਨਹੀਂ ਦੇ ਸਕਦੀ ਹੈ ਸਰਕਾਰ, ਸਿਰਫ ਝੂਠੀ ਆ। ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਫਾਇਦਾ ਉਠਾਉਂਦੇ ਹੋਏ ਕੈਪਟਨ ਸਰਕਾਰ ਨੇ ਕਿਹਾ ਸੀ ਕਿ ਘਰ ਘਰ ਨੌਕਰੀ ਦਿੱਤੀ ਜਾਊਗੀ, ਅਤੇ ਉਹਦੇ 4 ਸਾਲ ਹੋ ਗਏ, ਉਹ ਅੱਜ ਸਿਰਫ ਨੌਕਰੀ ਦੇਣ ਦੀ ਬਜਾਏ ਇਕੱਲੇ ਬਜ਼ੁਰਗਾਂ ਨੂੰ ਮੁਫਤ ਬੱਸ ਸਫ਼ਰ ਦੇ ਕੇ ਹੀ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰ ਰਿਹਾ ਹੈ। 70 ਸਾਲ ਹੋ ਗਏ, ਸਾਨੂੰ ਦਿੱਤਾ ਕੀ ਆ? ਫਾਹੇ ਮਿੱਟੀ ਘੱਟਾ, ਪਹਿਲਾਂ ਸਾਡੇ ਮੁੰਡੇ ਮੁਕਾਬਲੇ ਬਣਾ ਕੇ ਮਰਾਏ, ਹੁਣ ਸਾਨੂੰ ਕਰੋਨਾ ਦੇ ਨਾਂ ਨਾਲ ਮਾਰ ਰਹੇ ਨੇ। ਤੁਹਾਨੂੰ ਕਰੋਨਾ ਗਾ, ਤੁਸੀਂ ਮਰ ਜਾਓਗੇ। ਕਿ ਸਾਨੂੰ ਸਸਤਾ ਦਾਲ ਆਟਾ ਨਹੀਂ ਚਾਹੀਦਾ, ਸਾਨੂੰ ਮੁਫਤ ਬੱਸ ਪਾਸ ਨਹੀਂ ਚਾਹੀਦਾ, ਸਾਨੂੰ ਤੁਹਾਡੇ ਨਿਗਾਣੂ ਕਰਜ਼ੇ ਮਾਫੀ ਨਹੀਂ ਚਾਹੀਦੀ, ਸਾਨੂੰ ਘਰ ਘਰ ਰੁਜ਼ਗਾਰ ਗਰੰਟੀ ਦੀ ਕਾਨੂੰਨ ਬਣਾ ਕੇ ਹਰ ਨੌਜਵਾਨ ਨੂੰ ਹਰ ਪਹਿਲੇ ਹੱਥ ਨੂੰ ਰੁਜ਼ਗਾਰ ਦਿੱਤਾ ਜਾਵੇ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਮਾਨਸਾ ਦੇ ਵਿੱਚ ਪੰਜਾਬ ਕਿਸਾਨ ਯੂਨੀਅਨ ਯੂਥ ਵਿੰਗ ਦੀ ਅਗਵਾਈ ਵਿੱਚ ਨੌਜਵਾਨਾਂ ਵੱਲੋਂ ਸ਼ਹਿਰ ਅੰਦਰ ਪੈਦਲ ਮਾਰਚ ਕਰਕੇ ਮਾਨਸਾ ਦੇ ਬੱਸ ਸਟੈਂਡ ਕੋਲੋਂ ਨੌਜਵਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਾਂਗਰਸ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਘਰ ਘਰ ਨੌਕਰੀ, ਨਸ਼ੇ ਦਾ ਖਾਤਮਾ ਅਤੇ ਕਿਸਾਨ ਮਜ਼ਦੂਰ ਦਾ ਕਰਜ਼ ਮਾਫ਼ ਕੀਤਾ ਜਾਵੇਗਾ, ਪਰ 4 ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਵੱਲੋਂ ਆਪਣਾ ਵਾਅਦਾ ਪੂਰਾ ਕਰਨ ਦੀ ਬਜਾਏ ਕੋਰੋਨਾ ਦੇ ਨਾਮ ਉੱਪਰ ਸਕੂਲ ਬੰਦ ਕਰਵਾਏ ਜਾ ਰਹੇ ਹਨ, ਜਿਸ ਕਰਕੇ ਬੱਚਿਆਂ ਦਾ ਭਵਿੱਖ ਧੁੰਦਲਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਅੰਦਰ ਠੇਕੇ ਸ਼ਰੇਆਮ ਖੁੱਲੇ ਹਨ, ਉੱਥੇ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕ ਮਾਰੂ ਨੀਤੀਆਂ ਲਿਆ ਕੇ ਹਰ ਵਰਗ ਨੂੰ ਕੁਚਲਿਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਕੇ ਲੋਕ ਮਾਰੂ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਖੇਤੀ ਕਾਨੂੰਨ ਨੂੰ ਰੱਦ ਕਰੇ। ਇਹ ਜਿਹੜਾ ਮਤਲਬ ਅੱਜ ਪੁਤਲਾ ਫੂਕਿਆ ਗਿਆ ਉਹ ਇਹਨਾਂ ਦੋਨਾਂ ਸਰਕਾਰਾਂ ਦਾ ਫੂਕਿਆ ਗਿਆ, ਮੋਦੀ ਸਰਕਾਰ ਦਾ ਅਤੇ ਕੈਪਟਨ ਸਰਕਾਰ ਦਾ, ਜਿਹੜਾ ਇਹਨਾਂ ਦੋਨਾਂ ਸਰਕਾਰਾਂ ਨੇ ਹੀ ਚੋਣਾਂ ਦੇ ਵਿੱਚ ਵਾਅਦੇ ਕੀਤੇ ਸੀ। ਮੋਦੀ ਨੇ ਕਿਹਾ ਸੀ ਮੈਂ ਹਰ ਸਾਲ 2 ਕਰੋੜ ਨੌਕਰੀ ਦੇਊਂਗਾ, ਅੱਜ ਉਹਨੂੰ 7 ਸਾਲ ਹੋ ਗਏ, ਉਹਦੇ ਮੁਤਾਬਕ ਇਹ 14 ਕਰੋੜ ਨੌਕਰੀ ਬਣਦੀ ਹੈ। ਉਸੇ ਤਰਜ਼ ਦੇ ਉੱਤੇ ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਫਾਇਦਾ ਉਠਾਉਂਦੇ ਹੋਏ ਕੈਪਟਨ ਸਰਕਾਰ ਨੇ ਕਿਹਾ ਸੀ ਕਿ ਘਰ ਘਰ ਨੌਕਰੀ ਦਿੱਤੀ ਜਾਊਗੀ, ਅਤੇ ਉਹਦੇ 4 ਸਾਲ ਹੋ ਗਏ, ਉਹ ਅੱਜ ਸਿਰਫ ਨੌਕਰੀ ਦੇਣ ਦੀ ਬਜਾਏ ਇਕੱਲੇ ਬਜ਼ੁਰਗਾਂ ਨੂੰ ਮੁਫਤ ਬੱਸ ਸਫ਼ਰ ਦੇ ਕੇ ਹੀ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਅੱਜ ਜਿਹੜਾ ਨੌਜਵਾਨ ਹੈ ਉਹਨਾਂ ਨੇ ਇਕੱਠੇ ਹੋ ਕੇ ਜਿੱਥੇ ਇਹ 3 ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਾਉਣ ਦੀ ਗੱਲ ਹੈ, ਜਿੱਥੇ ਵੱਧ ਰਹੀ ਮਹਿੰਗਾਈ ਹੈ ਉਹਨੂੰ ਘਟਾਉਣ ਦੀ ਗੱਲ ਹੈ, ਉੱਥੇ ਇਹਨਾਂ ਨੌਜਵਾਨਾਂ ਵੱਲੋਂ ਅੱਜ ਮਤਲਬ ਵੱਡੀ ਪੱਧਰ 'ਤੇ ਇਕੱਠੇ ਹੋ ਕੇ ਸੈਂਟਰ ਪਾਰਕ ਤੋਂ ਲੈ ਕੇ ਸੇਵਾ ਸਿੰਘ ਠੀਕਰੀ ਵਾਲੇ ਦੇ ਬੁੱਤ 'ਤੇ ਆ ਕੇ ਇਹਨਾਂ ਸਰਕਾਰਾਂ ਦੀ ਅਰਥੀ ਫੂਕ ਕੇ ਮੰਗ ਕੀਤੀ ਗਈ ਹੈ ਕਿ ਸਾਨੂੰ ਸਸਤਾ ਦਾਲ ਆਟਾ ਨਹੀਂ ਚਾਹੀਦਾ, ਸਾਨੂੰ ਮੁਫਤ ਬੱਸ ਪਾਸ ਨਹੀਂ ਚਾਹੀਦਾ, ਸਾਨੂੰ ਤੁਹਾਡੇ ਨਿਗਾਣੂ ਕਰਜ਼ੇ ਮਾਫੀ ਨਹੀਂ ਚਾਹੀਦੀ, ਸਾਨੂੰ ਘਰ ਘਰ ਰੁਜ਼ਗਾਰ ਗਰੰਟੀ ਦੀ ਕਾਨੂੰਨ ਬਣਾ ਕੇ ਹਰ ਨੌਜਵਾਨ ਨੂੰ ਹਰ ਪਹਿਲੇ ਹੱਥ ਨੂੰ ਰੁਜ਼ਗਾਰ ਦਿੱਤਾ ਜਾਵੇ। ਇਹ ਆਪਣੀਆਂ ਲੋੜਾਂ ਨੇ ਜਿਹੜੀਆਂ ਉਹ ਆਪ ਖੁਦ ਪੂਰੀਆਂ ਕਰ ਲੈਣਗੇ, ਅਤੇ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦਾ ਨਿੱਜੀਕਰਨ ਹੈ ਜਿਹੜਾ ਉਹ ਬੰਦ ਕੀਤਾ ਜਾਵੇ, ਉਹ ਮੰਗ ਨੂੰ ਲੈ ਕੇ ਅੱਜ ਜਿਹੜਾ ਯੂਥ ਹੈ ਉਹਨੇ ਪ੍ਰਦਰਸ਼ਨ ਕੀਤਾ ਹੈ। ਅਸੀਂ ਕੈਪਟਨ ਦਾ, ਮੋਦੀ ਦਾ, ਅਕਾਲੀਆਂ ਦਾ, ਸਾਰਿਆਂ ਦਾ ਵਿਰੋਧ ਕਰਦੇ ਹਾਂ। ਆਹ ਮਹੀਨਾ ਪਹਿਲਾਂ ਵੋਟਾਂ ਸੀ ਉਦੋਂ ਕਰੋਨਾ ਨਹੀਂ ਸੀਗਾ, ਹੁਣ ਇਹਨਾਂ ਨੂੰ ਪੈਸਿਆਂ ਦੀ ਲੋੜ ਪੈ ਗਈ, ਹੁਣ ਸਾਨੂੰ ਲੁੱਟੀ ਜਾਂਦੇ ਆ। 2000 ਰੁਪਇਆ ਕੱਢੋ, ਜਿਹੜਾ ਮੋਟਰਸਾਈਕਲ ਜਾਂਦਾ ਜਿਹੜਾ ਤੁਰਿਆ ਜਾਂਦਾ ਉਹਨੂੰ ਕਰੋਨਾ ਨਹੀਂ ਹੈਗਾ, ਉਹਦਾ ਚਲਾਣ ਵੀ ਕੱਟੋ। ਸਾਡੇ ਤੋਂ ਇਹ 43% ਟੈਕਸ ਲੈਂਦੀ ਹੈ, ਉਹ 'ਚੋਂ 3 ਰੁਪਏ ਦਾ ਮਾਸਕ ਨਹੀਂ ਦੇ ਸਕਦੀ ਹੈ ਸਰਕਾਰ, ਸਿਰਫ ਝੂਠੀ ਆ। ਨਾ ਤਾਂ ਅਸੀਂ ਮਾਸਕ ਪਾਇਆ ਨਾ ਪਾਈਏ, ਹੁਣ ਅਸੀਂ ਸਰਕਾਰਾਂ ਦੇ ਤਖਤ ਪਲਟਾ ਕੇ ਅਸੀਂ ਆਪ ਬੈਠਾਂਗੇ, ਅਸੀਂ ਇਹ ਸਰਕਾਰਾਂ ਦੇ ਸਿਰ 'ਤੇ ਨਹੀਂ ਰਹਿੰਦੇ। 70 ਸਾਲ ਹੋ ਗਏ, ਸਾਨੂੰ ਦਿੱਤਾ ਕੀ ਆ? ਫਾਹੇ ਮਿੱਟੀ ਘੱਟਾ, ਪਹਿਲਾਂ ਸਾਡੇ ਮੁੰਡੇ ਮੁਕਾਬਲੇ ਬਣਾ ਕੇ ਮਰਾਏ, ਹੁਣ ਸਾਨੂੰ ਕਰੋਨਾ ਦੇ ਨਾਂ ਨਾਲ ਮਾਰ ਰਹੇ ਨੇ। ਤੁਹਾਨੂੰ ਕਰੋਨਾ ਗਾ, ਤੁਸੀਂ ਮਰ ਜਾਓਗੇ।
स्कूल कॉलेज बंद पे ने, ठेके खुले पे ने, नशा इन्ना चल रहा है, हले कहना जूस नशा करता है, कोई नशा करने वाला देख रहा है, सब दसवीं बारहवीं वाले ये सरकार सिर्फ झूठी है, ना तो असं इन्हों वोटा पाई है अगले साल ना पाया, ये तिने सरकार का असं बाईकाट करते हैं पूर्ण तौर पर। मानसा च पढ़ के दिखावे मोदी, जे कहना ना हो मैं प्राइम मिनिस्टर हाँ पूरी इंडिया का, मैं दावा करता मानसा च पढ़ के दिखावे इनकलाब दिहाड़ीदार बंदे मेरे को तीन किले है, मेरी 5 लाख लिमिट है, माफ हो ही नहीं। यह कहना मैं 2 बारी कर्जा माफ करता, मेरी जमीन से लिमिट माफ करावे, फिर मना मैं कैप्टन सरकार नू मेरी 5 लाख लिमिटा 3 किलिया दे, मैं मरदा, मैं रोज स्प्रे चकदा, मोनो दी शीशियां चकदा, मैं की करा, मैनू रुजगार नहीं मिलिया, मैं प्लस टू करके जिन्ना मेरे घर दे ने पढ़ाया सी उन्ना पढ़ा सके, मैं की करा हुण, मैनू सरकार दसे। मकसद जिहड़ा इह सुत्ती पई सरकार नू हुज मार के ठौण दा मकसद आ, इह सौ रही आ सरकार। 4 साल पहला इन्हां ने वादा कीता सी बड़ा वधिया वी असीं घर घर रुजगार देवांगे, आ सोडे मूहरे सारा यूथ बैठा, किसी एक बंदे नूं रुजगार नहीं दिता, झूठे वादे झूठा धोखा धड़ी कैप्टन साहब बंद करो। असीं तुहानूं अपील करदे हां, आ मास्क वाली गल करदे हो जां जिहड़ी तुसीं 3 लाख बंदा बैठा सिंघू टिकरी बार्डर ते, कोई 1% भी करोना नहीं, ये तुसीं धोखा दिंदे हो, ड्रामे करदे हो, सौ कुछ करदे हो। सोडी पोती दे ब्याह च, सोडी पोती दे ब्याह च कट्ठ किन्ना सी, सच सच करके मीडिया मूहरे दस दो, असीं तुहानूं मान जांगे, ठीक आ। ਤੁਸੀਂ ਆਪ ਨਹੀਂ ਜਦੋਂ ਗਾਈਡਲਾਈਨਸ ਫੋਲੋ ਕਰਦੇ ਜਨਾਬ, ਅਸੀਂ ਕਿਵੇਂ ਫੋਲੋ ਕਰਾਂਗੇ, ਅਸੀਂ ਨਹੀਂ ਤੁਹਾਡੀ ਗੱਲ ਮੰਨਦੇ, ਤੁਸੀਂ ਜਦੋਂ ਸਾਡੀ ਗੱਲ ਨਹੀਂ ਮੰਨੀ, ਅਸੀਂ ਤੁਹਾਡੀ ਗੱਲ ਕੋਈ ਯੂਥ ਦਾ ਇੱਕ ਮੁੰਡਾ ਵੀ ਨਹੀਂ ਮੰਨਦਾ। ਅਸੀਂ ਤੁਹਾਨੂੰ ਜਗਾਉਣਾ ਚਾਹੁੰਦੇ ਹਾਂ, ਆਪਦੀਆਂ ਸਾਡੀਆਂ ਘਰ ਘਰ ਨੌਕਰੀਆਂ ਦਿਓ, ਅਤੇ ਜਿਹੜੇ ਸਾਡੇ ਕਿਸਾਨ ਉੱਤੇ ਸ਼ਹੀਦ ਹੋਇਆ ਉਹਨਾਂ ਦਾ ਸੈਂਟਰ ਸਰਕਾਰ ਦੇ ਮੂੰਹ 'ਤੇ ਜਾ ਕੇ ਥੱਪੜ ਮਾਰੋ ਜੀ, ਤੁਸੀਂ ਤਾਂ ਵਿਰੋਧੀ ਹੋ ਕਿ ਤੁਸੀਂ ਵੀ ਨਾਲ ਰਲ ਗਏ। ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਤੁਸੀਂ ਹੁਣ ਮੋਦੀ ਦੇ ਨਾਲ ਰਲ ਗਏ, ਤੁਹਾਨੂੰ ਟਾਵਰਾਂ ਦਾ ਦੁੱਖ ਹੋ ਰਿਹਾ, 300 ਬੰਦਾ ਜਿਹੜਾ ਉੱਥੇ ਸ਼ਹੀਦ ਹੋ ਗਿਆ ਉਹਦਾ ਕੋਈ ਦੁੱਖ ਨਹੀਂ। ਕੈਪਟਨ ਸਾਹਿਬ ਇੰਨੀ ਪੱਥਰ ਦੇ ਲਈ ਨਾ ਕਰੋ, ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਯੂਥ ਵੱਲੋਂ, ਨਹੀਂ ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ, ਕਿਤੇ ਤੁਸੀਂ ਵਹਿਮ 'ਚ ਨਾ ਰਹਿ ਜਾਓ, ਆਹ ਕਾਂਗਰਸ ਅਕਾਲੀ ਕੁਲੀ ਕਿਹੜਾ ਮਰਜ਼ੀ ਹੋ ਗਿਆ, ਅਸੀਂ ਪਿੰਡਾਂ 'ਚ ਨਹੀਂ ਵੜਨ ਦਿੰਦੇ ਕਿਸੇ ਨੂੰ, ਇਹ ਸਾਡਾ ਏਕਾ ਨੌਜਵਾਨ ਏਕਤਾ ਜਿੰਦਾਬਾਦ ਜਿੰਦਾਬਾਦ। ਆਹ ਇੱਕ ਮੁੰਡਾ ਹੈਗਾ ਇੱਥੇ ਨੌਜਵਾਨ, ਅਸੀਂ ਆਪਦੇ ਘਰਾਂ ਦੇ ਬਾਹਰੇ ਲਾਵਾਂਗੇ, ਭਾਈ ਤੁਹਾਡਾ ਪੂਰਨ ਤੌਰ ਤੇ ਬਾਈਕਾਟ ਕਰ ਰਹੇ ਹਾਂ ਅਸੀਂ। ਜੈ ਜਵਾਨ ਜੈ ਕਿਸਾਨ ਨੌਜਵਾਨ। ਪ੍ਰਾਈਮ ਮੁੱਦੇ ਲਈ ਮਾਨਸਾ ਤੋਂ ਰਾਜੀਵ ਸ਼ਰਮਾ ਆਜ਼ਾਦ ਦੀ ਰਿਪੋਰਟ।